ਡੰਡਾ ਵੈਰੀ ਦਾ ਦੀ ਬਣ ਗਈ ਹੈ। ਸ਼ਾਇਦ ਵਿਦੇਸ਼ਾਂ ਦੇ ਵਿੱਚੋਂ ਇਹ ਵੀ ਫਰਮਾਇਸ਼ ਆਈ ਹੈ, ਜਿਹੜੇ ਲਾਈਵ ਟੈਲੀਕਾਸਟ ਹੋ ਰਿਹਾ ਹੈ ਪ੍ਰੋਗਰਾਮ, ਸੁਣ ਲੈਣ ਮੇਰੇ ਵੀਰ, ਲੋਕ ਤੱਤ ਦੀ ਫਰਮਾਇਸ਼ ਹੈ। ਇਕੱਲੀ ਇਕੱਲੀ ਗੱਲ ਬੜੇ ਧਿਆਨ ਨਾਲ, ਬੜੇ ਗੌਰ ਨਾਲ ਸੁਣਨ ਵਾਲੀਆਂ ਗੱਲਾਂ ਸੁਣਨਾ, ਵਿੱਚ ਨਵੀਆਂ ਨਵੀਆਂ ਗੱਲਾਂ ਨੇ। ਦਰਤੇ ਮਾਰ ਲਲਕਰਾ ਕੱਢੀਏ ਕੰਡਾ ਵੈਰੀ ਦਾ, ਦਰਤੇ ਮਾਰ ਲਲਕਰਾ ਕੱਢੀਏ ਕੰਡਾ ਵੈਰੀ ਦਾ, ਪਿੱਛੇ ਵਾਰ ਕਰੇ ਤਾਂ ਪਿੱਛੇ ਵਾਰ ਕਰੇ ਤਾਂ ਪਿੱਛੇ ਵਾਰ ਕਰੇ ਤਾਂ ਨਹੀਂ ਅਸਲ ਮਰਦਾਨਾ, ਪਿੱਛੇ ਵਾਰ ਕਰੇ ਤਾਂ ਨਹੀਂ ਅਸਲ ਮਰਦਾਨਾ। ਸਿਆਣੇ ਕਹਿੰਦੇ ਆ ਮਰਦ ਨੂੰ ਤਾਨਾ, ਮਰਦ ਨੂੰ ਤਾਨਾ ਤੇ ਲੱਕੜ ਨੂੰ ਫਾਨਾ ਭੜਾੜ ਕਰਕੇ ਰੱਖ ਦਿੰਦਾ ਸੋਹਣੇ ਸੁਣ ਕੇ ਤਰਾ। ਨਾਨਾ ਮੱਛ ਮੁੰਨ ਕੇ ਮਰਦੋਂ ਬਣੇ ਜਨਾਨਾ।
ਵੱਜੀਆਂ ਹੋਣੀਆਂ ਇੱਕ ਦੂਜੇ ਨੂੰ ਕੂਣੀਆਂ, ਜਿਨ੍ਹਾਂ ਦੇ ਮੁੱਛਾਂ ਹੈ ਨਹੀਂ, ਤੇ ਕਈ ਮੇਰੇ ਵੱਲ ਵੇਖ ਕੇ ਖਿੱਲਾ ਵਾਂਗੂ ਖਿੰਡ ਕੇ ਹੋਣੇ ਆ, ਕੁੰਡੀ ਕੁੰਡੀ ਮੁੱਛਦਾ ਇਹਦੇ ਵੀ ਨਹੀਂ ਜਿਹੜਾ ਗਾਈ ਜਾਂਦਾ। ਪਰ ਦੋਸਤੋ ਨਹੀਂ, ਸਾਡੇ ਸਿਆਣੇ ਨੇ ਦੋ ਮੁੱਛਾਂ ਦੱਸੀਆਂ, ਐਮ ਵਾਲੀ ਮੁੱਛ ਤੇ ਐਨ ਵਾਲੀ ਮੁੱਛ। ਜਿਹੜੀ ਐਮ ਵਾਲੀ ਮੁੱਛ ਆ ਉਹਨੂੰ ਆਪਾਂ ਕਹਿੰਦੇ ਆ ਮਰਦ ਮੁੱਛ, ਇੱਕ ਹੁੰਦੀ ਆ ਨੰਨੇ ਵਾਲੀ ਮੁੱਛ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਕਲੀਨ ਸ਼ੇਵ ਹੁੰਦੇ ਆ ਉਹ ਮਰਦ ਨਹੀਂ ਹੁੰਦੇ। ਇੱਕ ਵੇਲਾ ਯਾਦ ਕਰੋ, ਆਜ਼ਾਦੀ ਵੇਲੇ ਦਾ ਵੇਲਾ, ਸਾਡੇ ਉਹਨਾਂ ਸੂਰਮਿਆਂ ਦਾ ਵੇਲਾ ਯਾਦ ਕਰੋ, ਜਦੋਂ ਪਤਾ ਨਹੀਂ ਕੀ ਕੀ ਭੇਸ ਬਦਲ ਕੇ ਅੰਗਰੇਜ਼ਾਂ ਨੂੰ ਰਗੜਾ ਚਾੜ ਕੇ ਇੱਥੋਂ ਦਵੱਲੇ ਅੰਗਰੇਜ਼, ਉਹਨਾਂ ਲਈ ਤਾੜੀ ਮਾਰ ਦਿਓ, ਬੜੀ ਮਿਹਰਬਾਨੀ। ਪਰ ਜਿਹੜੀ ਮੁੱਛ ਦੀ ਮੈਂ ਗੱਲ ਕਰ ਰਿਹਾ ਨੰਨੇ ਵਾਲੀ ਮੁੱਛ ਦੀ, ਉਹਦਾ ਹੁਲੀਆ ਪਤਾ ਕੀ ਹੁੰਦਾ ਸੱਜਣ ਜੀ? ਮੁੱਛਦਾਰੀ ਮੁਨਾ ਕੇ ਤੇ ਕੁੜਤੀਆਂ ਸਲਵਾਰਾਂ ਪਾ ਕੇ ਗਲੀਆਂ ਚ ਲਾ ਕੇ ਹਿਲਾ ਕੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਰਹਿੰਦੇ ਆ। ਯਾਰ ਜੀ, ਆਪਾਂ ਤਾਂ ਫਿਰ ਵੀ ਚਾਦਰੇ ਕੁੜਤੇ ਪਜਾਮੇ ਤੇ ਪੈਂਟਾਂ ਵਾਲੇ ਆ। ਖੋਤੇ ਤੇ ਚਾੜ ਲਈਏ ਕਿਹੜੇ ਨੂੰ? ਜਿਹੜਾ ਯਾਰ ਦੇ ਘਰ ਨੂੰ, ਜਿਹੜਾ ਯਾਰ ਦੇ ਘਰ ਨੂੰ, ਜਿਹੜਾ ਯਾਰ ਦੇ ਘਰ ਨੂੰ ਸਮਝੇ ਕੰਜਰ ਖਾਨਾ, ਯਾਰ ਦੇ ਘਰ ਨੂੰ ਸਮਝੇ ਕੰਜਰ ਖਾਨਾ। ਤਾਈਓ ਸਿਆਣੇ ਕਹਿੰਦੇ ਆ, ਕਹਿੰਦੇ ਜੁੱਤੀ ਮਾਰੋ ਇਹਦੇ ਬਣਾਉਟੀ ਯਾਰ ਦੇ ਮੂੰਹ ਤੇ। ਸਤਿਕਾਰਯੋਗ ਬੀਬੀਆਂ ਪੈਣਾ ਵੀ ਬਿਰਾਜਮਾਨ, ਗੱਲ ਕਹਿਣੀ ਵੀ ਬਣਦੀ ਹੈ। ਮੁੱਛ ਤੇ ਗੁੱਤ ਸਾਡੇ ਹਿੰਦੁਸਤਾਨ ਦੀ ਆਣ ਬਾਣ ਸ਼ਾਨ, ਖਾਸ ਕਰਕੇ ਪੰਜਾਬ ਦੀ। ਪਰ ਕਰੀਏ ਕੀ, ਜਦੋਂ ਕਈ ਵਾਰੀ ਸਿਆਣਿਆਂ ਦੇ ਬੋਲ ਯਾਦ ਆ ਜਾਂਦੇ ਆ, ਕਿਉਂਕਿ ਸਿਆਣੇ ਪੁਰਸ਼ਾਂ ਗੱਲ ਚ ਤਾਰੀ, ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਰਦੇ ਦੇ ਅਧਿਕਾਰੀ। ਭੋਜਨ ਭਜਨ ਖਜ਼ਾਨਾ ਇੱਕ ਪਾਸੇ ਕਰਕੇ ਪਰਦਾ ਰਹਿ ਗਿਆ ਨਾਰੀ ਦਾ, ਕਈ ਵਾਰੀ ਮਾਫੀ ਚਾਹੁੰਦੇ ਗੱਲ ਇੱਥੋਂ ਤੱਕ ਆ ਜਾਂਦੀ ਹੈ। ਜਿਹਦਾ ਪਰਦਾ ਉੱਠ ਗਿਆ ਉਹਨੇ ਭਲੀ ਭਾਂਤੀ ਪੋਲੇ ਦੇ ਮੂੰਹ ਨਾਲ ਆਖੀ ਦੇਣਾ ਹੁੰਦਾ, ਅੱਧੀਆਂ ਮੈਂ ਅਮਲੀ ਦੀ, ਅੱਧੀ ਤੇਰੀਆਂ ਮਲਾਜੇਦਾਰ। ਵਿਚਾਰ ਲਈ ਗੱਲ, ਸੁਣ ਲਈ, ਹੁਣ ਅਗਲੀ ਗੱਲ ਜਿਹੜੀ ਮੈਂ ਦੱਸ ਰਿਹਾ ਧਿਆਨ ਨਾਲ ਸੁਣਿਓ। ਮੁੰਨ ਕੇ ਗੁੱਤੋ ਉਸਦੀ ਰਾਹ ਪੇਕਿਆਂ ਦੇ ਪਾ ਦੀਏ ਕਿਹਨੂੰ? ਜਿਹੜੀ ਰੰਨ ਬਿਸਤਰਾ, ਜਿਹੜੀ ਰੰਨ ਬਿਸਤਰਾ, ਜਿਹੜੀ ਰੰਨ ਬਿਸਤਰਾ ਲੱਭਦੀ ਰਹੋ ਬਗਾਨਾ, ਰੰਨ ਬਿਸਤਰਾ ਲੱਭਦੀ ਰਹੋ ਰਹੋ ਰੋਜ਼ ਬਗਾਨਾ। ਚੰਦਰਾ ਸਮਰਾੜੀ ਵਾਲੇ ਵੀਰ, ਥੈਂਕ ਯੂ।
ਕੰਡੀ ਨੱਪਦੇ ਇਹੋ ਜੀ ਧੀ ਦੀ ਮਿੱਤਰਾ ਅੰਦਰ ਕੰਡੀ ਨੱਪਦੇ ਜਿਹੜੀ ਖਾਨਦਾਨ ਦਾ ਜਿਹੜੀ ਖਾਨਦਾਨ ਦਾ ਜਿਹੜੀ ਖਾਨਦਾਨ ਦਾ ਕਰੇ ਖਰਾਬ ਖਾਨਾ ਖਾਨਦਾਨ ਦਾ ਕਰੇ ਖਰਾਬ ਖਾਨਾ ਧੀ ਧਿਆਣੀ ਇੱਕ ਕਰਦੇ ਨੀ ਕਰਦੇ ਨੇ ਬਲਕਿ ਸਾਰੇ ਖਾਨਦਾਨ ਦੀ ਪੁਸ਼ਤਾਂ ਤੱਕ ਇੱਜ਼ਤ ਹੁੰਦੀ ਹੈ ਜੇ ਉਹ ਵੀ ਖਾਨਦਾਨ ਦੀਆਂ ਜੜਾਂ ਉਖੇੜ ਲੱਗ ਜਾਏ ਫਿਰ ਕੀ ਕਰਾਉਣਾ ਇਹੋ ਜਿਹੀ ਸੰਤੋਸ਼ ਰਾਣੀ ਤੋਂ ਸੰਤੋਖ ਦੇ ਉੱਪਰ ਤਿੰਨ ਕਿਸਮਾਂ ਸਾਡੇ ਸਿਆਣਿਆਂ ਨੇ ਪੁੱਤਰਾਂ ਦੀਆਂ ਦੱਸੀਆਂ। ਪਹਿਲਾਂ ਧੀਆਂ ਦੀ ਗੱਲ ਹੋ ਕੇ ਹਟੀ, ਹੁਣ ਪੁੱਤਰਾਂ ਦੀ ਗੱਲ ਆ ਗਈ। ਉਹ ਤਿੰਨ ਕਿਸਮਾਂ ਪੁੱਤਰਾਂ ਦੀਆਂ ਕਿਹੜੀਆਂ? ਪੂਤ, ਸਪੂਤ ਤੇ ਕਪੂਤ। ਸਿਆਣੇ ਕਹਿੰਦੇ ਆ ਜਿਹੜਾ ਪੂਤ ਆਪਣੇ ਮਾਂ ਬਾਪ ਦੀ ਸੇਵਾ ਕਰਦਾ, ਜਿਹੜਾ ਸਪੂਤ ਹੈ ਸਮੁੱਚੇ ਦੇਸ਼ ਕੌਮ ਦੀ ਸੇਵਾ ਕਰਦਾ, ਜਿਹੜਾ ਕਪੂਤ ਹੈ ਉਹਦੇ ਕੋਲੇ ਦੋ ਤਿੰਨ ਕੰਮ ਹੁੰਦੇ ਆ, ਸੱਜਣ ਜੀ, ਠੇਕਾ ਜਾਂ ਠਾਣਾ ਜਾਂ ਤੀਸਰਾ ਨੰਬਰ, ਕਿਉਂਕਿ ਮੋਟਰਸਾਈਕਲ ਹਰੇਕ ਕੋਲੇ ਸਵਾਰੀ ਮਿਲ ਗਈ ਆ, ਬੜੀ ਸੌਖੀ ਹੈ, ਬੜੀ ਈਜ਼ੀ ਲੈ ਰੱਖਿਆ। ਕੁਝ ਸੱਜਣਾ ਨੇ, ਕੁਝ ਕੁ ਮੁੰਡਿਆਂ ਨੇ, ਮੜੀਰਾਂ ਨੇ, ਮਾਫ਼ ਕਰਨਾ, ਮੁੰਡੇ ਗੁੱਸੇ ਹੀ ਨਾ ਕਰ ਜਾਣ। ਜੇ ਕੋਈ ਇੱਧਰ ਨੂੰ ਵੇਖ ਲਈ, ਚੱਲੋ ਛੇਤੀ ਮਾਰ ਕੇ ਕੰਮ ਤਾਂ ਗਿਆ। ਜੇ ਕੋਈ ਇਹਨੂੰ ਵੇਖ ਲਈ, ਚੱਲੋ ਛੇਤੀ ਮੈਂ ਤਾਂ ਰਗੜੇ ਹੀ ਗਿਆ। ਜੇ ਕੋਈ ਇੱਧਰ ਨੂੰ ਵੇਖ ਲਈ, ਚੱਲੋ ਛੇਤੀ ਮੇਰੇ 'ਚ ਤਾਂ ਫੱਕਾ ਨਹੀਂ ਰਿਹਾ। ਜਾਣੀ ਸਿਆਣਿਆਂ ਨੇ ਗੱਲ ਕਹੀ ਹੈ, ਕਹਿੰਦੇ ਜੱਬਲ ਪੁੱਤਣਾ ਜੰਮੀਏ ਧੀ ਅੰਨੀ ਚੰਗੀ ਹੁੰਦੀ ਆ, ਉਹ ਚੁੱਲ੍ਹੇ ਚੌਂਕੇ 'ਚ ਬੈਠੀ ਤੋਂ ਬਿੱਲੀ ਤਾਂ ਨਹੀਂ ਦੁੱਧ ਡੋਲ ਜੂ। ਮਸ਼ੂਕ ਨੂੰ ਕੋਈ ਬਹਾਨਾ ਮੈਂ ਸੰਗਦਾ ਕਰੇ, ਮਸ਼ੂਕ ਨੂੰ ਕੋਈ ਬਹਾਨਾ ਮੈਂ ਸੰਗਦਾ ਕਰੇ, ਮਸ਼ੂਕ ਨੂੰ ਕੋਈ ਬਹਾਨਾ ਮੈਂ। ਕਹਿੰਦੇ ਗੋਲੀ ਮਾਰੋ ਆਸ਼ਕ ਦੇ, ਜਿਹੜਾ ਅੱਖ ਦੀ ਰਮਜਣਾ ਰਮਜਾ ਉਹੀ ਜਾਣੂਗਾ ਜਿਹਨਾਂ ਦੇ ਤਿਲਾਂ 'ਚ ਤੇਲ ਹੋ। ਤਾਂਹੀਓ ਤਾਂ ਸਿਆਣੇ ਕਹਿੰਦੇ ਆ, ਕਹਿੰਦੇ ਆਪ ਹੁਸਨ ਹੁਸਨ ਦੀ ਹੋਵੇ ਨਾ ਮੁਖੜੇ ਤੇ, ਆਪ ਹੁਸਨ ਦੀ ਹੋਵੇ ਨਾ ਮੁਖੜੇ ਤੇ, ਉਹ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ, ਮੁੰਡਾ ਵਿਆਹ ਦੀ ਖੁਸ਼ੀ ਜੇ ਹੋਵੇ ਕਰਨੀ, ਸ਼ਾਦੀ ਲੰਘ ਕੇ ਕੀਤੀ ਤਾਂ ਕੀ ਕੀਤੀ। ਮੁਲਾਕਾਤ ਮਸ਼ੂਕ ਦੇ ਨਾਲ ਪਹਿਲੀ, ਉਹ ਵੀ ਸੰਗ ਕੇ ਜੇ ਕੀਤੀ ਜਾਣੀ, ਘਾਹ ਦੇ ਡੱਕੇ ਤੋੜ ਤੋੜ ਕੇ ਜੇ। ਪਰ ਇੱਕ ਗੱਲ ਚੰਗੀ ਆ ਮਿੱਤਰੋ, ਘਰਦੇ ਕਹਿੰਦੇ ਆ ਮੁੰਡਾ ਡੱਕਾ ਨਹੀਂ ਤੋੜਦਾ, ਚੱਲ ਤੋੜ ਤਾਂ ਦਿੱਤਾ ਚਾਹੇ ਕਿਤੇ ਹੀ ਤੋੜਿਆ, ਤੋੜ ਤੋੜ ਕੇ ਜੇ ਕੀਤੀ ਤਾਂ ਕੀ ਕੀਤੀ। ਉਹ ਮੇਰੇ ਸੱਜਣੋਂ ਦੇ ਪੀਣ ਦਾ ਸ਼ੌਂਕ ਹੋਵੇ, ਸਾਰਿਆਂ ਨੂੰ ਨਹੀਂ ਕਹਿੰਦਾ, ਉਹ ਸੱਜਣੋਂ ਦੇ ਪੀਣ ਦਾ ਸ਼ੌਂਕ ਹੋਵੇ, ਉਹ ਬੀੜੀ ਮੰਗ ਕੇ ਪੀਤੀ ਤਾਂ ਕਿੱਡੀ ਕੁ ਗੱਲ ਹੈ।
ਕੋਈ ਬਹਾਨਾ ਸੰਗਦਾ ਕਰੇ ਮਸ਼ੂਕ ਨੂੰ 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 ਕੋਈ ਬਹਾਨਾ ਮੈਂ